ਯੂਨੀਟਾਈਜ਼ ਵਰਡ ਸਕੂਲ ਦੇ ਵਿੱਚ ਹਰੇਕ ਕਲਾਸ ਨੂੰ ਸਮਾਰਟ ਕਲਾਸਰੂਮ ਬਣਾਇਆ ਗਿਆ ਤਾਂ ਕਿ ਤੁਹਾਡੇ ਬੱਚੇ ਸਮਾਰਟ ਬਣ ਕੇ ਅੱਗੇ ਨਿਕਲਣ। ਸੋ ਪੇਰੈਂਟਸ ਨੂੰ ਹੋਰ ਕੀ ਚਾਹੀਦਾ ਜੀ, ਜਦੋਂ ਉਹਨਾਂ ਦਾ ਛੋਟਾ ਬੱਚਾ ਸਕੂਲ ਦੇ ਵਿੱਚ ਆਵੇ ਉਸਦੀ ਪੂਰੀ ਟੇਕ ਕੇਅਰ ਹੋਮ ਦੀ ਤਰ੍ਹਾਂ ਕੀਤੀ ਜਾਵੇ ਜੀ। ਉਹੀ ਟੇਕ ਕੇਅਰ ਯੂਨੀਵਰਸ ਸਕੂਲ ਦੇ ਵਿੱਚ ਕੀਤੀ ਜਾ ਰਹੀ ਹੈ। ਬੱਚਿਆਂ ਨੂੰ ਪ੍ਰੋਪਰਲੀ ਕੈਬਿਨਸ ਦਿੱਤੇ ਗਏ ਨੇ ਜਿੱਥੇ ਆਪਣਾ ਬੱਚੇ ਸਮਾਨ ਸਟੋਰ ਕਰ ਸਕਦੇ ਨੇ, ਬੈਗ ਟਿਫਨ ਵਗੈਰਾ ਉਹਨਾਂ ਨੂੰ ਟੀਚਰਸ ਦੀ ਦੇਖ ਰੇਖ ਦੇ ਵਿੱਚ ਕਰਵਾਇਆ ਜਾਂਦਾ ਔਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਕਿੰਡਰਗਾਰਟਨ ਏਰੀਆ ਯਾਨੀ ਕਿ ਛੋਟੇ ਬੱਚਿਆਂ ਨੂੰ ਨਹੀਂ ਆਉਣ ਦਿੱਤੀ ਜਾਂਦੀ। ਦਰਸ਼ਕੋ ਸਕੂਲ ਦੇ ਵਿੱਚ ਸਟੱਡੀ ਦੇ ਨਾਲ ਨਾਲ ਥੋੜਾ ਜਿਹਾ ਡਾਂਸ ਤੇ ਮਿਊਜ਼ਿਕ ਹੋ ਜਾਵੇ ਜੀ, ਫਿਰ ਤਾਂ ਕੀ ਕਹਿਣੇ ਜੀ। ਇਸ ਨੂੰ ਲੈ ਕੇ ਯੂਨੀਵਰਸਿਟੀ ਸਕੂਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੱਚਿਆਂ ਨੂੰ ਮਿਊਜ਼ਿਕ ਦੇ ਨਾਲ ਜੋੜਨ ਦੇ ਲਈ ਮਿਊਜ਼ਿਕ ਤੇ ਡਾਂਸ ਦੀਆਂ ਐਕਸਟਰਾ ਕਲਾਸਿਸ ਦਿੱਤੀਆਂ ਜਾਂਦੀਆਂ ਨੇ। ਬੈਕਬੋਨ ਮੰਨੀ ਜਾਂਦੀ ਹੈ ਜੀ ਲਾਇਬ੍ਰੇਰੀ। ਲਾਇਬ੍ਰੇਰੀ ਦੇ ਵਿੱਚ ਜਿਹੜੀਆਂ ਬੁੱਕਸ ਹੁੰਦੀਆਂ ਨੇ ਉਹੀ ਨੌਲੇਜ ਦਿੰਦੀਆਂ ਨੇ ਬੱਚਿਆਂ ਨੂੰ ਔਰ ਇਸ ਲਾਇਬ੍ਰੇਰੀ ਦੇ ਵਿੱਚ 5000 ਤੋਂ ਵੱਧ ਬੁੱਕਸ ਬੱਚਿਆਂ ਨੂੰ ਪ੍ਰੋਵਾਈਡ ਕਰਵਾਈਆਂ ਗਈਆਂ ਨੇ। ਸੋ ਸਾਇੰਸ ਜਿਸ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ ਜੀ ਬੱਚਿਆਂ ਨੂੰ, ਸਾਇੰਸ ਲੈਬ ਤੇ ਬੱਚੇ ਪ੍ਰੈਕਟੀਕਲ ਸਿੱਖਦੇ ਨੇ। ਥਰੈਟੀਕਲ ਤਾਂ ਹਰ ਇੱਕ ਸਕੂਲ ਦੇ ਵਿੱਚ ਪ੍ਰੋਵਾਈਡ ਕਰਵਾਇਆ ਜਾਂਦਾ ਹੈ, ਪਰ ਕੀ ਇੱਦਾਂ ਦਾ ਪ੍ਰੈਕਟੀਕਲ ਕਿਸੇ ਸਕੂਲ ਦੇ ਵਿੱਚ ਪ੍ਰੋਵਾਈਡ ਕਰਵਾਇਆ ਜਾਂਦਾ ਹੈ? ਜੀ ਹਾਂ, ਦ ਯੂਨੀਵਰਸ ਵਰਡ ਸਕੂਲ ਦੇ ਵਿੱਚ ਥਰੈਟੀਕਲ ਦੇ ਨਾਲ ਨਾਲ ਪ੍ਰੈਕਟੀਕਲ ਦੀ ਆਪਸ਼ਨ ਵੀ ਪ੍ਰੋਵਾਈਡ ਕਰਵਾਈ ਗਈ ਹੈ। ਫਰੈਂਡ, ਜੇਕਰ ਤੁਸੀਂ ਚਾਹੁੰਦੇ ਹੋ ਜੀ ਤੁਹਾਡੇ ਬੱਚੇ ਅਪ ਟੂ ਡੇਟ ਰਹੇ ਤੇ ਤਾਂ ਉਹਨਾਂ ਨੂੰ ਕੰਪਿਊਟਰ ਦੀ ਫੈਸਿਲਿਟੀ ਪ੍ਰੋਵਾਈਡ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਉਹੀ ਫੈਸਿਲਿਟੀ ਪ੍ਰੋਵਾਈਡ ਕਰਵਾ ਰਿਹਾ ਦ ਯੂਨੀਵਰਸ ਵਰਡ ਸਕੂਲ, ਜਿੱਥੇ ਤੁਸੀਂ ਦੇਖ ਸਕਦੇ ਹੋ ਕੰਪਿਊਟਰ ਦੇ ਨਾਲ ਨਾਲ ਬੱਚਿਆਂ ਨੂੰ ਲੈਂਗੁਏਜ ਲੈਬ ਦੀ ਫੈਸਿਲਿਟੀ ਵੀ ਪ੍ਰੋਵਾਈਡ ਕਰਵਾਈ ਗਈ ਹੈ। ਤੁਸੀਂ ਸੋਚ ਰਹੇ ਹੋਗੇ ਜੀ ਲੈਂਗੁਏਜ ਲੈਬ ਕੀ ਹੈ, ਇੱਥੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਬੱਚਿਆਂ ਨੂੰ ਅੱਗੇ ਜਾ ਕੇ ਇੰਗਲਿਸ਼ ਬੋਲਣ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ, ਬਟ ਉਹਨਾਂ ਦੀ ਦਿੱਕਤ ਦ ਯੂਨੀਵਰਸ ਵਰਡ ਸਕੂਲ ਕੰਪਿਊਟਰ ਪਲੱਸ ਲੈਂਗੁਏਜ ਲੈਬ ਦੇ ਕੇ ਦੂਰ ਕਰਦਾ। ਸਪੋਰਟਸ ਗਰਾਊਂਡ ਦੇ ਵਿੱਚ ਵੀ ਅੱਗੇ ਐਂਟਰ ਕਰ ਚੁੱਕੇ ਹੈ ਦ ਯੂਨੀਵਰਸ ਵਰਡ ਸਕੂਲ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਇੱਕ ਪ੍ਰੋਫੈਸ਼ਨਲ ਕੋਚ ਦੇ ਜ਼ਰੀਏ ਜੋ ਨੈਸ਼ਨਲ ਲੈਵਲ ਤੇ ਖੇਡ ਚੁੱਕੇ ਹੈ। ਜੀ ਹਾਂ, ਉਹਨਾਂ ਵੱਲੋਂ ਬੱਚਿਆਂ ਨੂੰ ਦੱਸਿਆ ਜਾ ਰਿਹਾ ਕਿ ਸਪੋਰਟਸ ਦੀ ਗੇਮ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਤੇ ਨੈਸ਼ਨਲ ਲੈਵਲ ਤੇ ਆਪਣਾ ਨਾਮ ਚਮਕਾਉਣਾ।